ਬੀਤੀ 16 ਜਨਵਰੀ ਨੂੰ ਪਿੰਡ ਬਾਦਲ ਅਤੇ ਮੰਡੀ ਕਿੱਲਿਆਂ ਵਾਲੀ ਵਿਚਕਾਰ ਫਿਲਮੀ ਸਟਾਈਲ ਵਿੱਚ 4,80,000 ਰੁਪਏ ਦੀ ਲੁੱਟ ਦੀ ਵਾਰਦਾਤ ਦਾ ਪੁਲਿਸ ਨੇ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਰਕਮ ਸਣੇ ਕਾਬੂ ਕਰ ਲਿਆ। ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੁਸ਼ੀਲ ਕੁਮਾਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 16 ਜਨਵਰੀ ਨੂੰ ਹੋਈ ਲੁੱਟ ਦੀ ਵਾਰਦਾਤ ਦਾ ਪੁਲਿਸ ਨੇ ਪਰਦਾਫਾਸ਼ ਕਰਦਿਆਂ ਸ਼ਿਕਾਇਤਕਰਤਾ ਗੁਰਤੇਜ ਸਿੰਘ ਪੁੱਤਰ ਜਵਾਹਰ ਸਿੰਘ ਵਾਸੀ ਫਰੀਦਕੋਟ ਕੋਟਲੀ ਜ਼ਿਲ੍ਹਾ ਬਠਿੰਡਾ ਅਤੇ ਇਸ ਦੇ ਇੱਕ ਹੋਰ ਸਾਥੀ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਨੂੰ ਕਾਬੂ ਕੀਤਾ ਹੈ। ਇਹਨਾਂ ਨੇ ਇਹ ਰਕਮ ਹੜੱਪਣ ਲਈ ਲੁੱਟ ਦੀ ਝੂਠੀ ਕਹਾਣੀ ਬਣਾ ਕੇ ਪੁਲਿਸ ਕੋਲ ਪੇਸ਼ ਕੀਤੀ ਸੀ। ਪੁਲਿਸ ਮੁਖੀ ਨੇ ਦੱਸਿਆ ਕਿ SPD ਬਲਜੀਤ ਸਿੰਘ, SP ਮਲੋਟ ਇਕਬਾਲ ਸਿੰਘ, DSP ਮਲੋਟ ਭੁਪਿੰਦਰ ਸਿੰਘ ਰੰਧਾਵਾ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਸ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਹੋਇਆ ਹੈ। ਇਹ 16-1 ਨੂੰ ਗੁਰਜੰਟ ਸਿੰਘ ਨਾਂ ਦੇ ਬੰਦੇ ਨੇ ਸਾਡੇ ਕੋਲ ਕੰਪਲੇਂਟ ਲਿਖਾਈ ਸੀ ਕਿ ਮੈਂ ਬੈਂਕ ਵਿੱਚੋਂ 4,80,000 ਰੁਪਇਆ ਕਢਵਾ ਕੇ ਲਿਆ ਰਿਹਾ ਸੀ ਅਤੇ ਜਦੋਂ ਅਸੀਂ ਦੋ ਬੰਦੇ ਜਾ ਰਹੇ ਸੀ ਤਾਂ ਦੋ ਮੋਟਰਸਾਈਕਲਾਂ ਦੇ 5 ਬੰਦੇ ਆਏ ਅਤੇ ਉਹ ਸਾਡੇ ਤੋਂ 4,80,000 ਰੁਪਇਆ ਲੁੱਟ ਕੇ ਲੈ ਗਏ ਅਤੇ ਸਾਨੂੰ ਇੰਜਰਡ ਕਰ ਗਏ ਅਤੇ ਇਹ ਦੋਵੇਂ ਬੰਦੇ ਹੌਸਪਿਟਲ ਐਡਮਿਟ ਹੋ ਗਏ ਸੀ ਅਤੇ ਜਦੋਂ ਇਹਨਾਂ ਨੂੰ ਅਸੀਂ ਡਿਟੇਲ 'ਚ ਕੁਸ਼ਚਨਿੰਗ ਕੀਤੀ ਤਾਂ ਪੁਲਿਸ ਨੇ ਇਹ ਇਹਨਾਂ 'ਚੋਂ ਪਾਇਆ ਕਿ ਇਹਨਾਂ ਨੇ ਇਹ ਪੈਸੇ ਹੜਪਣ ਦੀ ਖਾਤਰ ਇਹ ਸਾਰਾ ਡਰਾਮਾ ਰਚਿਆ ਸੀ ਅਤੇ ਅਸੀਂ ਇਹਨਾਂ ਨੂੰ ਹੁਣ ਝੂਠੀ ਇਤਲਾਹ ਦੇਣ 'ਤੇ ਅਤੇ ਡਿਫਰੈਂਟ ਸੈਕਸ਼ਨ ਜਿੱਦਾਂ 114, 145, 109, 107 ਦੇ ਤਹਿਤ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਅਤੇ ਇਹਨਾਂ ਤੋਂ ਜਿਹੜਾ ਇਹ ਲੁੱਟ ਦਾ ਡਰਾਮਾ ਦੱਸਿਆ ਹੋਇਆ ਪੈਸਾ ਦੱਸਦੇ ਸੀ ਉਹ ਅਸੀਂ ਰਿਕਵਰ ਕਰ ਲਏ ਅਤੇ ਇਹਨਾਂ ਤੋਂ ਹੋਰ ਡਿਟੇਲ ਪੁੱਛਗਿੱਛ ਅਸੀਂ ਕਰ ਰਹੇ ਹਾਂ। ਇਸ਼ਫਾਕ ਟੁੱਡੀ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਰੰਤ ਸਬਸਕ੍ਰਾਈਬ ਕਰੋ ਪ੍ਰਾਈਮ ਪੰਜਾਬ ਨਿਊਜ਼।